you strong. ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਜੇ ਐਮ ਜੀ ਵਲੋਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਗੋਭੀ ਦੇ ਪਕੌੜੇ। ਸੋ ਗੋਭੀ ਦੇ ਪਕੌੜੇ ਬਣਾਉਣ ਦੇ ਦੋ ਤਰੀਕੇ ਆ। ਇੱਕ ਹੈਗਾ ਕਿ ਤੁਸੀਂ ਬੈਟਰ ਬਣਾ ਲਓ, ਜੇ ਤੁਹਾਡਾ ਤੇਲ ਗਰਮ ਹੋ ਗਿਆ ਤੁਸੀਂ ਗੋਭੀ ਨੂੰ ਡਿਪ ਕਰਕੇ ਤਾਂ ਵਿੱਚ ਪਾ ਦਿੰਦਾ, ਬ੍ਰੈਡ ਦੇ ਪਕੌੜੇ ਹੁੰਦੇ ਆ। ਪਰ ਅਸੀਂ ਅੱਜ ਈਜ਼ੀ ਵਾਲਾ ਕਰਨਾ ਆ, ਅਸੀਂ ਇਹਦੇ ਵਿੱਚ ਸਾਰਾ ਕੁਛ ਪਾ ਦੇਣਾ, ਤੇਲ 'ਚ ਮਿਕਸ ਕਰਕੇ ਅਤੇ ਸਾਰਾ ਅਸੀਂ ਇਹਦਾ ਇਹਨੂੰ ਹੀ ਬੈਟਰ ਬਣਾ ਦੇਣਾ ਸਭ ਦਾ। ਸੋ ਪਹਿਲਾ ਸਟੈਪ ਹੈਗਾ, ਅਸੀਂ ਆਪਣੀ ਗੋਭੀ 'ਚ ਮਸਾਲੇ, ਅਸੀਂ ਗੋਭੀ ਨੂੰ ਧੋ ਕੇ ਕੱਟ ਕੇ ਰੱਖਤਾ ਹੈ, ਅਤੇ ਹੁਣ ਅਸੀਂ 'ਚ ਆਪਣੇ ਮਸਾਲੇ ਪਾਉਣੇ। ਅਸੀਂ ਪਾਣੀ ਲਾਲ ਮਿਰਚ, ਲੂਣ, ਕਸੂਰੀ ਮੇਥੀ, ਗਰਮ ਮਸਾਲਾ ਅਤੇ ਹਲਦੀ। ਅਸੀਂ ਉਹ ਵਾਲੇ ਮਸਾਲੇ ਤੋਂ ਇਲਾਵਾ ਅਸੀਂ ਇੱਕ ਰੋਸਟਡ ਕਰੀ ਪਾਊਡਰ ਪਾਇਆ ਹੈ, ਚਾਟ ਮਸਾਲਾ ਪਾਇਆ ਅਤੇ ਕਿਚਨ ਕਿੰਗ ਪਾਊਡਰ ਜਾਂ ਮਸਾਲਾ। ਫਿਰ ਅਸੀਂ ਥੋੜ੍ਹਾ ਇਹਦੇ 'ਚ ਲੈਮਨ ਜੂਸ ਪਾ ਦੇਣਾ ਤਾਂ ਕਿ ਥੋੜ੍ਹਾ ਇਹਨਾਂ ਫਲੇਵਰ ਆ ਜਾਵੇ। ਅਸੀਂ ਜਿਹੜਾ ਚੀਜ਼ਾਂ ਅਸੀਂ ਪਾਣੀਆਂ ਵਿੱਚ ਬੇਸਣ ਵਗੈਰਾ ਅਸੀਂ ਮੈਜਰਮੈਂਟ ਨਹੀਂ ਕਰਨੀ ਇੰਨਾ, ਜਿੱਦਾਂ ਸਾਨੂੰ ਠੀਕ ਲੱਗਦਾ ਇੰਨਾ। ਜਦੋਂ ਸਾਰਾ ਕੁਛ ਕਵਰ ਹੋ ਗਿਆ ਚੰਗੀ ਤਰ੍ਹਾਂ ਤਾਂ ਫਿਰ ਬੰਦਾ ਉਹਦੇ ਹਿਸਾਬ ਨਾਲ ਪਾ ਦਿੰਦਾ। ਹੁਣ ਅਸੀਂ 2 ਕੜਛੀਆਂ ਪਾਣੀਆਂ ਬੇਸਣ ਦੀਆਂ ਤਾਂ ਫਿਰ ਅਸੀਂ ਦੇਖਦੇ ਹਾਂ ਹੋਰ ਪੈਂਦਾ ਕਿ ਨਹੀਂ। ਹੁਣ ਅਸੀਂ ਇਹ 'ਚ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ, ਅਤੇ ਜਦੋਂ ਇਹਦਾ ਬੈਟਰ ਜਿਹਾ ਬਣ ਗਿਆ ਤਾਂ ਫਿਰ ਸਾਡਾ ਰੈਡੀ ਹੈ। ਸੋ ਗਾਇਜ਼ ਹੁਣ ਦੇਖੋ ਅਸੀਂ ਮਿਕਸ ਕੀਤਾ, ਸਾਨੂੰ ਥੋੜ੍ਹਾ ਨਾ ਬੇਸਣ ਘੱਟ ਲੱਗਦਾ ਪਿਆ, ਹੁਣ ਅਸੀਂ ਹੋਰ ਪਾ ਦੇਣਾ ਥੋੜ੍ਹਾ ਇਹਨਾਂ। ਸੋ ਸਾਡਾ ਬੈਟਰ ਰੈਡੀ ਹੋ ਗਿਆ ਆ, ਅਸੀਂ ਚੰਗੀ ਤਰ੍ਹਾਂ ਮਿਕਸ ਕਰਤਾ। ਹੁਣ ਇਹਨੂੰ ਅਸੀਂ 10 ਮਿੰਟ ਰੈਸਟ ਕਰਨਾ ਤਾਂ ਕਿ ਚੰਗੀ ਤਰ੍ਹਾਂ ਇਨਕੋਰਪੋਰੇਟ ਹੋ ਜਾਵੇ, ਅਤੇ ਅਸੀਂ ਆਪਣਾ ਤੇਲ ਵੀ ਗਰਮ ਕਰਤਾ ਨਾ ਗੈਸ ਰੱਖਤਾ ਤਾਂ ਕਿ ਉਹ ਗਰਮ ਹੋ ਰਿਹਾ, ਅਤੇ ਜਦੋਂ ਉਹ ਹੋ ਗਿਆ ਤਾਂ ਫਿਰ ਅਸੀਂ ਇਹਨਾਂ ਨੂੰ ਫਰਾਈ ਕਰਦੇ ਹਾਂ। ਸੋ ਗਾਇਜ਼ ਸਾਡਾ ਤੇਲ ਹੋ ਗਿਆ ਆ, ਤਾਂ ਅਸੀਂ ਆਪਣੇ ਉਹਨਾਂ ਨੂੰ ਵੀ ਰੈਸਟ ਕਰਾਤੀ, ਅਤੇ ਕਿੰਨਾ ਵਧੀਆ ਕਲਰ ਆ ਗਿਆ ਆ, ਅਤੇ ਹੁਣ ਇਹਨਾਂ ਨੂੰ ਅਸੀਂ ਫਰਾਈ ਕਰ ਦਿੰਦੇ ਹਾਂ। ਅਸੀਂ ਥੋੜ੍ਹਾ ਤਿੱਕਾ ਰੱਖਿਆ ਬੈਟਰ, ਅਤੇ ਨਾਲ ਇਹ ਰੈਸਪੀ ਈਜ਼ੀ ਹੈ, ਤਾਂ ਤੁਸੀਂ ਜ਼ਰੂਰ ਟਰਾਈ ਕਰੀਓ, ਅਤੇ ਬਹੁਤ ਟੇਸਟੀ ਵੀ ਆ, ਇਹਨਾਂ ਤੁਹਾਨੂੰ ਦੱਸ ਦਿੰਦੀ ਹਾਂ। ਅਤੇ ਹੁਣ ਇਹਨਾਂ ਨੂੰ ਅਸੀਂ ਫਰਾਈ ਕਰ ਲੈਂਦੇ ਹਾਂ। ਸੋ ਇਹ ਹੋ ਗਏ ਆ, ਪਰ ਅਸੀਂ ਇਹਨਾਂ ਨੂੰ 2 ਵਾਰੀ ਫਰਾਈ ਕਰਨਾ ਆ ਤਾਂ ਕਿ ਚੰਗੀ ਤਰ੍ਹਾਂ ਦੇ ਕੁੱਕ ਹੋ ਜਾਣ, ਕਿਉਂਕਿ ਤਾਂ ਕਿ ਬ੍ਰੋਕਲੀ ਗੋਭੀ ਸੋਫਟ ਹੋ ਜਾਵੇ ਅਤੇ ਨਾਲੇ ਕ੍ਰਿਸਪੀ ਹੋ ਜਾਣਾ। ਸੋ ਇਹਨਾਂ ਨੂੰ ਅਸੀਂ ਕੱਢ ਦਿੰਦੇ ਹਾਂ, ਅਤੇ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਵੀ ਫਰਾਈ ਕਰ ਲੈਂਦੇ ਹਾਂ। ਹੁਣ ਅਸੀਂ ਆਪਣੇ ਪਕੌੜੇ ਦੂਜੀ ਵਾਰੀ ਕਰਨ ਲੱਗੇ ਹਾਂ ਫਰਾਈ, ਤਾਂ ਮੈਨੂੰ ਇੱਕ ਚੀਜ਼ ਹਵਾ ਦੇਖੋ, ਇਹ ਨਾ ਗੋਲ ਹੁੰਦੇ ਆ ਨਾ, ਅਸੀਂ ਇਹਨੂੰ ਪ੍ਰੈਸ ਕਰਤਾ ਆ, ਅਤੇ ਇੱਕ ਇੱਦਾਂ ਦੇ ਹੁੰਦੇ ਆ ਅਤੇ ਇੱਕ ਨੋਰਮਲ ਸ਼ੇਪ ਹੁੰਦੀ ਹੈ ਜਦੋਂ ਸੀਗੇ, ਇਹਨਾਂ ਨੂੰ ਅਸੀਂ ਫਿਰ ਤੋਂ ਫਰਾਈ ਕਰ ਲੈਂਦੇ ਹਾਂ। ਸੋ ਗਾਈਜ਼ ਆ ਦੇਖੋ ਸਾਡੇ ਰੈਡੀ ਹੋ ਗਏ ਆ, ਚੰਗੀ ਤਰ੍ਹਾਂ ਕਲਰ ਆ ਗਿਆ ਅਤੇ ਕ੍ਰਿਸਪੀ ਵੀ ਹੋ ਗਏ ਆ, ਅਤੇ ਉਸ ਜਦੋਂ ਅਸੀਂ ਪਾਈਦੇ ਉਦੋਂ ਜਿਹੜੀ ਝੱਗ ਹੁੰਦੀ ਆ ਉਹ ਹੁੰਦੀ ਆ ਵਾਈਟ, ਅਤੇ ਹੁਣ ਜਦੋਂ ਕੁੱਕ ਹੋ ਜਾਂਦੇ ਤਾਂ ਫਿਰ ਝੱਗ ਜਿਹੜੀ ਹੁੰਦੀ ਟ੍ਰਾਂਸਪੇਰੈਂਟ ਹੋ ਜਾਂਦੀ, ਅਤੇ ਫਿਰ ਤੁਸੀਂ ਉਦੋਂ ਕੱਢ ਸਕਦੇ ਹੋ। ਹੁਣ ਅਸੀਂ ਇਹਨਾਂ ਨੂੰ ਕੱਢ ਲੈਂਦੇ ਹਾਂ, ਅਤੇ ਅਸੀਂ ਆਪਣੇ ਜਿਹੜੇ ਬਾਕੀ ਅੱਧੇ ਪਏ ਆ ਉਹਨਾਂ ਨੂੰ ਫਰਾਈ ਕਰ ਲੈਂਦੇ ਹਾਂ। ਸੋ ਗਾਇਜ਼ ਉਹ ਅਸੀਂ ਕੱਢਦੇ ਹਾਂ, ਅਤੇ ਉਹ ਵਾਲੇ ਜਿਹੜੇ ਸੀਗੇ ਅਸੀਂ ਪ੍ਰੈਸ ਕੀਤੇ ਸੀ, ਅਤੇ ਆਹ ਵਾਲੇ ਦੇਖੋ ਨੋਰਮਲ ਸ਼ੇਪ ਹੈ, ਹੁਣ ਅਸੀਂ ਇਹਨਾਂ ਨੂੰ ਵੀ ਫਰਾਈ ਕਰ ਲੈਂਦੇ ਹਾਂ ਦੁਬਾਰਾ ਤੋਂ। ਸੋ ਗਾਇਜ਼ ਸਾਡੇ ਆ ਵੀ ਹੋ ਗਿਆ, ਹੁਣ ਅਸੀਂ ਇਹਨਾਂ ਨੂੰ ਵੀ ਕੱਢ ਲੈਂਦੇ ਹਾਂ। ਸੋ ਗਾਇਜ਼ ਸਾਡੇ ਗੋਭੀ ਦੇ ਪਕੌੜੇ ਹੋ ਗਏ ਰੈਡੀ। ਬਹੁਤ ਜ਼ਿਆਦਾ ਈਜ਼ੀ ਅਤੇ ਸਿੰਪਲ ਰੈਸਪੀ ਹੈ, ਤਾਂ ਕੋਈ ਵੀ ਬਣਾ ਸਕਦਾ ਆ। ਅਤੇ ਅੱਜ ਦੀ ਵੀਡੀਓ ਮੈਂ ਇੱਥੇ ਐਂਡ ਕਰਦੀ ਹਾਂ, ਪਰ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਟੇਸਟ ਕਰਕੇ ਰੇਟਿੰਗ ਦਿੰਦੀ ਹਾਂ। ਇਹ ਓਨੈਸਟ ਰੇਟਿੰਗ ਹੈ, ਤਾਂ ਤੁਹਾਨੂੰ ਦੱਸਦੀ ਹਾਂ। ਗਲਾ ਹੋਇਆ ਨਾਈਸ, ਮੈਂ ਇਹਨੂੰ ਦਊਂਗੀ 9.9 out of 10। ਉਹ ਵੀ ਤਾਂ ਕਿਉਂਕਿ ਮੈਨੂੰ ਲੂਣ ਥੋੜ੍ਹਾ ਘੱਟ ਲੱਗਿਆ, ਪਰ ਮੈਨੂੰ ਲੂਣ ਜ਼ਿਆਦਾ ਪਸੰਦ ਹੈ, ਸੋ ਲੂਣ ਥੋੜ੍ਹਾ ਐਕਸਟਰਾ ਪਾਈਏ ਮੇਰੇ ਹਿਸਾਬ ਨਾਲ, ਅਤੇ ਬਾਕੀ 9.9 ਦਊਂਗੀ ਮੈਂ। ਸੋ ਅੱਜ ਦੀ ਵੀਡੀਓ ਤਾਂ ਮੈਂ ਇੱਥੇ ਐਂਡ ਕਰਦੀ ਹਾਂ, ਜੇ ਤੁਹਾਨੂੰ ਪਸੰਦ ਆਈ ਹੋਵੇ ਜ਼ਰੂਰ ਸਾਡੇ ਚੈਨਲ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਓ, ਅਤੇ ਅਸੀਂ ਤੁਹਾਨੂੰ ਅਗਲੇ ਵੀਡੀਓ 'ਚ ਮਿਲੂਗੀ। ਥੈਂਕਸ ਫੋਰ ਵਾਚਿੰਗ, ਬਾਏ। ਹੁਣ ਅਸੀਂ ਇਹਨੂੰ ਇਹ 'ਚ ਪਾਣੀ ਪਾ ਕੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ, ਕਿ ਜਦੋਂ ਬੈਟਰ ਟਾਈਪ ਇਹਦੀ ਕੰਸਿਸਟੈਂਟ ਕਰਨ ਬਣਦਾ ਨਾ, ਅਤੇ ਉਸ ਆਪਣਾ ਅਸੀਂ ਗਰਮ ਤੇਲ ਗਰਮ ਰੱਖਣਾ ਰੱਖਤਾ ਆ,